ਬੀਤੇ ਦਿਨੀ ਵੀਰਵਾਰ ਨੂੰ ਦਿਨ ਦਿਹਾੜੇ ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਇੱਕ 45 ਸਾਲਾ ਆੜਤੀ ਦੀ ਗੋਲੀ ਮਾਰ ਕੇ ਹੱਤਿਆ ਦੇ ਮਾਮਲੇ ਨੂੰ ਪੁਲਿਸ ਨੇ 24 ਘੰਟੇ ਵਿੱਚ ਸੁਲਝਾ ਦਿੱਤਾ। ਦੋਸ਼ੀ ਨੇ ਪੁਰਾਣੀ ਰੰਜਿਸ਼ ਦੇ ਚਲਦੇ ਇਸ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ। ਹੱਤਿਆ ਦੀ ਵਜ੍ਹਾ ਬਹੁਤ ਦਿਲਚਸਪ ਅਤੇ ਹੈਰਾਨ ਕਰ ਦੇਣ ਵਾਲੀ ਦੱਸੀ ਜਾ ਰਹੀ ਹੈ। ਦਰਅਸਲ ਦੋਸ਼ੀ ਅਤੇ ਮ੍ਰਿਤਕ ਦਾ ਲੜਕਾ ਦੋਵੇਂ ਹੀ ਦੋਸਤ ਸਨ ਅਤੇ ਕਿਸੇ ਵਜ੍ਹਾ ਨਾਲ ਦੋਵੇਂ ਆਪਸ ਵਿੱਚ ਝਗੜ ਪਏ, ਜਿਸ ਦੇ ਕਾਰਨ ਮ੍ਰਿਤਕ ਨੇ ਗੌਰਵ ਨਾਮਕ ਦੋਸ਼ੀ ਤੇ ਮਾਮਲਾ ਵੀ ਦਰਜ ਕਰਵਾਇਆ ਸੀ। ਅਪਰਾਧਕ ਧਾਰਾ ਸ਼ਾਮਲ ਹੋਣ ਕਰਕੇ ਦੋਸ਼ੀ ਨੂੰ ਜੇਲ੍ਹ ਵਿੱਚ ਜਾਣਾ ਪਿਆ। ਬਸ ਇਹੀ ਕਾਰਨ ਦੋਸ਼ੀ ਨੂੰ ਦਿਨ ਰਾਤ ਸ਼ੂਲ ਦੀ ਤਰ੍ਹਾਂ ਚੁੱਭ ਰਿਹਾ ਸੀ। ਇਸੇ ਦਾ ਬਦਲਾ ਲੈਣ ਦੇ ਲਈ ਉਸਨੇ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਦੇ ਮੁਤਾਬਕ ਗੌਰਵ ਨੇ ਮ੍ਰਿਤਕ ਤੇ ਹਮਲਾ ਕਰਨ ਦੇ ਲਈ ਪਹਿਲਾਂ ਨਿਸ਼ਾਨੇਬਾਜ਼ੀ ਦੀ ਖੂਬ ਪ੍ਰੈਕਟਿਸ ਕੀਤੀ। ਪੁਲਿਸ ਨੇ ਦੋਸ਼ੀ ਦੇ ਕਬਜ਼ੇ ਤੋਂ ਹੱਤਿਆ ਦੇ ਲਈ ਵਰਤਿਆ ਗਿਆ ਹਥਿਆਰ ਅਤੇ ਇੱਕ ਖਿਲੋਣਾ ਪਿਸਤੌਲ ਅਤੇ ਐਕਟਿਵਾ ਵੀ ਬਰਾਮਦ ਕੀਤਾ। ਪੁਲਿਸ ਦੇ ਮੁਤਾਬਕ ਉਹ ਖਿਲੋਣਾ ਪਿਸਤੌਲ ਦਾ ਇਸਤੇਮਾਲ ਕਰਕੇ ਨਿਸ਼ਾਨੇਬਾਜ਼ੀ ਦੀ ਪ੍ਰੈਕਟਿਸ ਕਰਦਾ ਸੀ। ਕੱਲ ਇੱਕ ਸਬਜ਼ੀ ਮੰਡੀ ਕਰਜੀਤ ਸਿੰਘ ਜਿਹੜਾ ਕਿ ਸਬਜ਼ੀ ਮੰਡੀ 'ਚ ਉੱਥੇ ਕੰਮ ਕਰਦਾ ਹੈ, ਉਹਦਾ ਇੱਕ ਮਰਡਰ ਹੋਇਆ ਸੀ। ਉਹਦੇ ਰਿਗਾਰਡਿੰਗ ਸਾਰੇ ਅਫਸਰ ਮੌਕੇ 'ਤੇ ਗਏ। ਲਖਵੀਰ ਟਵਾਣਾ ਜਿਹੜੇ ACP ਨੌਰਥ ਹੈ, ਉਹਨਾਂ ਦੀ ਟੀਮ ਬਣਾਈ ਗਈ, SHO ਜੋਧੇਵਾਲ ਬੀਰਬਲ ਅਤੇ SHO ਸਲੀਮ ਡਾਵਰੀ ਵਿਜੇ ਕੁਮਾਰ। ਇਹਨਾਂ ਨੇ ਉਹਦੇ ਵਿੱਚ ਬੜੀ ਅੱਛੀ 24 ਘੰਟਿਆਂ ਦੇ ਵਿੱਚ ਕਾਮਯਾਬੀ ਹਾਸਿਲ ਕੀਤੀ। ਜਿਹੜਾ ਮੇਨ ਮੁਲਜ਼ਮ ਹੈ ਉਹਨੂੰ ਫੜਿਆ ਅਤੇ ਨਾਲ ਕੀ ਕਹਿੰਦੇ ਜਿਹੜਾ ਮੌਕੇ 'ਤੇ ਵੈਪਨ ਯੂਜ਼ ਹੋਇਆ ਸੀਗਾ ਉਹ ਰਿਕਵਰ ਕੀਤਾ, ਨਾਲ ਜਿਹੜੇ ਕਾਰਟਰੀਜ ਸੀਗੇ ਉਹ ਰਿਕਵਰ ਕੀਤੇ, ਜਿਹੜੀ ਵਾਈਟ ਕਲਰ ਦੀ ਸਕੂਟਰੀ ਸੀਗੀ ਉਹ ਵੀ ਰਿਕਵਰ ਕੀਤੀ। ਅਤੇ ਇੱਕ ਬੜੀ ਅੱਛੀ ਕਾਮਯਾਬੀ ਹੈ ਕਿਉਂਕਿ 24 ਘੰਟਿਆਂ ਦੇ ਵਿੱਚ ਇਹਨਾਂ ਨੇ ਮਰਡਰ ਟਰੇਸ ਕੀਤਾ। ਅਤੇ ਵਜ੍ਹਾ ਇਹਦੀ ਇਹ ਸੀ, 2016 ਦੇ ਵਿੱਚ ਜਿਹੜੇ ਗੌਰਵ ਚੌਧਰੀ ਹੈ ਮ੍ਰਿਤਕ ਦਾ ਜਿਹੜਾ ਬੇਟਾ ਹੈ ਉਹ ਤਾਂ ਆਪਸ 'ਚ ਗੁਰੂ ਦੋਸਤ ਸੀਗੇ। ਇਹਨਾਂ ਨੇ ਚਿੰਤਪੁਰਨੀ ਜਾਣਾ ਸੀਗਾ ਅਤੇ ਰਸਤੇ 'ਚ ਇਹਨਾਂ ਦੀ ਲੜਾਈ ਹੋ ਗਈ ਸੀ ਫਲੋਰ ਕੋਲ, ਉੱਥੇ ਸ਼ਰਾਬ ਪੀ ਕੇ ਲੜ ਪਏ ਅਤੇ ਉਦੋਂ ਬਾਅਦ ਕੀ ਕਹਿੰਦੇ ਇੱਕ ਪਰਚਾ ਦਰਜ ਹੋਇਆ। ਉਸ ਤੋਂ ਬਾਅਦ ਇਹਨਾਂ ਦੇ ਆਪਸ 'ਚ ਕੰਪਰੋਮਾਈਜ਼ ਦੀ ਗੱਲ ਚੱਲਦੀ ਰਹੀ। ਇਹ ਗੱਲ 2016 ਦੀ ਹੈ। ਉਸ ਤੋਂ ਬਾਅਦ ਥੋੜ੍ਹੇ ਦਿਨ ਬਾਅਦ ਉਹਦੇ ਵਿੱਚ ਇੱਕ ਵਾਧਾ ਜੁਰਮ 379B ਦਾ ਕੀਤਾ ਗਿਆ, ਵੀ 40,000 ਵੀ ਖੋਇਆ। ਉਸ 'ਤੇ ਉਹਦੀ ਅਰੈਸਟ ਪਈ, ਅਰੈਸਟ ਪੈ ਕੇ ਅੰਦਰ ਚਲੇ ਗਿਆ। ਉਸ ਤੋਂ ਬਾਅਦ ਇਹ ਬੇਲ 'ਤੇ ਪਿਛਲੇ ਸਾਲ ਬਾਹਰ ਆਇਆ। ਇਹ ਵੀ ਮੰਡੀ ਵਿੱਚ ਹੀ ਕੰਮ ਕਰਦਾ। ਇਹਦੇ ਮਨ ਸੀਗਾ ਵੀ ਜਿਹੜਾ ਮੇਰੇ 'ਤੇ ਇਹਨਾਂ ਨੇ ਪਰਚਾ ਦਰਜ ਝੂਠਾ ਕਰਾਇਆ, 379B ਵਾਧਾ ਕਰਵਾਇਆ, ਵੀ ਉਹ ਗਲਤ ਹੈ। ਇਸ ਦੀ ਵਜ੍ਹਾ ਰੰਜਿਸ਼ ਨਾਲ ਇਹਨੇ ਉਹਦੇ ਫਾਦਰ ਨੂੰ ਕੱਲ੍ਹ ਮਾਰਿਆ। ਇਹਦੇ 'ਤੇ ਇੱਕੋ ਪਰਚਾ ਦਰਜ ਜਿਹੜਾ ਫਲੋਰ ਥਾਣੇ ਲੜਾਈ ਝਗੜੇ ਦਾ। ਨਹੀਂ, ਜਿਵੇਂ ਫੜੀਆਂ ਲਾਉਂਦੇ ਆਪਣੇ ਸਬਜ਼ੀ ਮੰਡੀ ਅਜੇ ਤੱਕ ਕੋਈ ਸਾਹਮਣੇ ਨਹੀਂ ਆਇਆ। ਇਹ 0.32 ਦਾ ਜਿਹੜਾ ਦੇਸੀ ਵੈਪਨ ਹੈ, ਜਿਹੜਾ ਕੰਟਰੀ ਮੇਡ ਵੈਪਨ ਇਹਨੇ ਯੂਜ਼ ਕੀਤਾ, ਉਹ ਵੀ ਰਿਕਵਰ ਕਰ ਲਿਆ। ਉਹ ਹੁਣ ਅਸੀਂ ਇਹਨਾਂ ਨੂੰ ਰਿਮਾਂਡ 'ਤੇ ਲੈ ਕੇ ਜਾਵਾਂਗੇ ਅਤੇ ਉਸ ਤੋਂ ਬਾਅਦ ਡਿਟੇਲ ਪਤਾ ਕਰਾਂਗੇ ਵੀ ਕਿੱਥੋਂ ਇਹ ਵੈਪਨ ਅਤੇ ਜਿਹੜਾ ਇਹ ਕਾਰਟਰੀਜ਼ ਹੈ ਕਿੱਥੋਂ ਲੈ ਕੇ ਆਏ। ਮੰਡੀ 'ਤੇ ਪੁਰਾਣਾ ਕੰਮ ਕਰਦਾ, ਇਹ ਇੱਕ ਜਿਹੜੀ ਇਹਦੇ ਘਰੋਂ ਹੋਰ ਵੀ ਨਾਲ ਜਿਹੜਾ ਏਅਰ ਪਿਸਟਲ ਰਿਕਵਰ ਕੀਤੇ, 2 ਪਲਾਸਟਿਕ ਵਾਲੇ ਹੋਰ ਵੀ ਵੈਪਨ ਰਿਕਵਰ ਹੋਏ ਆ। ਇਹ ਏਅਰ ਪਿਸਟਲ ਨਾਲ ਥੋੜ੍ਹੀ ਬਹੁਤੀ ਪ੍ਰੈਕਟਿਸ ਕਰਦਾ ਸੀਗਾ ਤਾਂ ਕਿ ਇਹਨੂੰ ਥੋੜ੍ਹਾ ਕੌਨਫੀਡੈਂਸ ਜਿਹਾ ਬਿਲਡਅਪ ਹੋਵੇ ਵੀ ਜਦੋਂ ਗੁਬਾਰੇ ਭੰਨਣ ਜਾਵੇ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।